ਅੱਜ ਤੇਰਾ ਮਨਵਾਰੰਗ ਬੜ ਭਾਗੀ ਹਰ ਪਾਇਆ ਓਨ ਪਰਮਾਨੰਦ ਜਨ ਨਾਨਕ ਨਾਮ ਸਰਾਹਿਆ ਬਹੁੜ ਨਵਾ ਤਾ ਭੰਗ ਮੂਹ ਕਰੀਆ ਸੋਨੀ ਹੋ ਕਿਉਂ ਸੱਜਣ ਮਿਲੇ ਪਿਆਰਿਆ ਸਤਿਗੁਰ ਨੇ ਨਾਮ ਤੋ ਹੈ ਜੇ ਮਿਲੇ ਤਾਂ ਉਹ ਮਨਵਾਰਿਆ ਦੇ ਰਾਮ ਗੁਰੂ ਦਾ ਸਵਾ ਸੱਜਣ ਦੇ ਜਵਾਰਿਆ ਨਾਨਕ ਹੋ ਕੇ ਭਾਲੀ ਆਪਣਾ ਮਤੋ ਸੱਜਣ ਵਾਵੇ ਉਹ ਆਣ ਬੁਲਾਵੇ ਆਣ ਮੈਂ ਤੇਰੇ ਮੇਲ ਬੁਲਾਵੇ ਹੋ ਦਿਓ ਕਰੇ ਦ੍ਰਿਸ਼ਟੋ ਤੋ ਕੰਨਿਆ ਜੋ ਮੈਂ ਤੇਰੀ ਦਿਖਾਵੇ ਨਾਨਕ ਵਰੂਏ ਦਿਆਲ ਤਾਂ ਗੁਰੂ ਪੂਰਾ ਨਜ਼ਰ ਕਰੇ ਜਿਸੇ ਆਪਣੀ ਸੋਚ ਲੈ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਚੈ ਸੁਭਰ ਪਾਏ ਜਿੰਨੀ ਸਤਿਗੁਰ ਮੰਨਿਆ ਉਦਨ ਕੈ ਲਾਗੋ ਪਾਏ ਨਾਨਕ ਤਾਂ ਕਾ ਦਾਸ ਹੈ ਜੇ ਅੰਨ ਰਹਿ ਦਿਵਲਾਏ ਜਿੰਨਾ ਕੀ ਪਿਆਰ ਦਿਲ ਦਰਸ਼ਨ ਕਿਉਂ ਕਰਤੀ ਹੈ ਨਾਨਕ ਮਿਲੈ ਸੁਭਾਏ ਗੁਰਮੰਗਿਓ ਮਨ ਹੈਸੀਐ ਜਿੰਨਾ ਕੀ ਪਿਆਰ ਕਿਉਂ ਜੀ ਬਣ ਕਰ ਬਾਹਰੇ ਜਾਂ ਸੋ ਦੇਖਣ ਆਪਣਾ ਨਾਨਕ ਵਨ ਕੀ ਹਰੇ ਜਿਨ੍ਹਾਂ ਗੁਰਮੁਖ ਕਰਨੇ ਹੋ ਤੈ ਤੀਨ ਸੱਚਾ ਲਾਇਆ ਰਾਤੀ ਅਕੜੇ ਹੋ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਖ ਕੇ ਜਿਤ ਪ੍ਰੇਮ ਸੱਚਾ ਪਾਈ ਅਨਜਨ ਰਹਿ ਆਨੰਦ ਨਾਨਕ ਸਹਿਜ ਸਮਾਈ ਹੈ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈ ਹੈ ਕਹੋ ਨਾ
ਕਿਉਂ ਜੀਵਨ ਕਰੀ ਵਿਹੁਣਿਆ ਗੁਰਮਤਿ ਮਿਲੇ ਆਪ ਨਾਨਕ ਕਰੇ ਵਿਸਰਿਆ ਜਿਨ ਕੋ ਪ੍ਰੇਮ ਪਿਆਰ ਕੋ ਆਪੇ ਰਾਇਆ ਕਰਮ ਕਰ ਨਾਨਕ ਦੇ ਉਪਜਾਏ ਜੈ ਜਾਲ ਕਰੀ ਜੈ ਨਾਮ ਵਾਰ ਗੁਰਮੁਖ
ਪ੍ਰਤੀਕ ਭਈ ਮਨ ਮਾਨਿਆ ਅੰਗ ਸੇਵਾ ਸਤਿਗੁਰ ਕਾ ਦਰਸ਼ ਦੇਖੈ ਸਭ ਆਏ ਮੰਨਿਆ ਸਤਿਗੁਰ ਪਰਮ ਵਿਚਾਰ ਜਿਤ ਮਿਲਿਆ ਚਰਨਾ ਪੁਰ ਸੋ ਜਾਏ ਉਹ ਸਦਾ ਸਲਾਮ ਲਿਆਏ ਗੁਰ ਆਪਣੇ ਜੋ ਪ੍ਰਭ ਸੱਚਾ ਦੇ ਬੁਲਾਏ ਨਾਮ ਪਰ ਪਾਇਆ ਤਨ ਸੱਚਾ ਜੋ ਗੁਰ ਚਰਨੀ ਜਿਤ ਲਾਏ ਜੈਨਾ ਕਿਰਿਆ ਸਭ ਨਹੀਂ ਹੋ ਸੀ ਸੱਜਣ ਮੈਂ ਲਾਲ ਅੰਤਰਵਾਰ ਹੋ ਫਿਰਾਂ ਕੀ ਹਿਰਦੇ ਰਕਾ ਸਮਾਲ ਜਿਨਾ ਇੱਕ ਮਨ ਦਿਲ ਧਿਆਇਆ ਸਤਿਗੁਰ ਸੌ ਚੇਤ ਲਾਏ ਦਿਲ ਕੀ ਦੁੱਖ ਹੁਕਮ ਮੈਂ ਵੱਡਾ ਰੋਗ ਗਿਆ ਨਿਰਦੋਖ ਭਏ ਦਿਲ ਲਾਏ ਗੁਣ ਮਾਵੈ ਗੁਣ ਤੁਰੈ ਗੁਣ ਮੈਂ ਸਵੈ ਸਵਾਇ ਨਾਨਕ ਗੁਰ ਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭਾਇ ਮਨ ਮੁਖ ਮਾਇਆ ਮੋਹ ਹੈ ਨਾਮ ਨਾ ਲੱਗੈ ਪਿਆਰ ਊਠ ਮਾਵੈ ਊਠ ਹੈ ਊਠ ਕਰੈ ਬਿਕਮਾਇਆ ਤਾਂ ਸੰਤ ਪਰ ਹੈ ਆਪ ਹੋਈ ਸੁਸ਼ਾਲ ਕਰਮ ਧਰਮ ਸੰਜਮ ਕਰ ਹੈ ਅੰਤਰ ਲੋਹਕਾਰ ਨਾਨਕ ਮਨਮੁਖ ਦੇ ਕਮਾਵੈ ਸੋ ਦਰਗਹਿ ਸੋ ਖਾਇ ਨ ਪਵੈ ਦਰਗਹਿ ਹੋਏ ਕੁਆਰ ਸਭਨਾ
ਜੇ
ਪ੍ਰਭ ਕੀ ਮਾਨ ਜਾ ਗੋਰ ਭੂ
ਸਿਮਰਤੀ ਮਨ ਵਰਿਆ ਗਾਇਆ ਗਾਉ ਰਤਨ ਪ੍ਰਵਾਹ ਪਰਿਆ ਸ਼ਬਦ ਧਾਨਿਆ ਸ਼ਬਦ ਹੋ ਟਕਾਓ ਰਿਪਿਆ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਰਣਾਲੇ ਹਰਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਰਣਾ ਅੰਗੀਕਾਰ ਕਰ ਤੇਰਾ ਕਾਰਜ ਸਭ ਸਵਾਰਨਾ ਸਭ ਨੰਗਲਾ ਸਮਰਾਟ ਸੁਆਮੀ ਸੋ ਤੂੰ ਮਨ ਵਸਾਏ ਕਹਿ ਨਾਨਕ ਤੂੰ ਮਨ
ਪਾਵੇ ਆਵੇ ਮੁਰਦਨਾ ਹੋ ਤਾਂ ਕੋਈ
ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ, ਰਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਬਖਾਣੀ, ਹਰ ਹਰ ਨਿਤ ਕਰੇ ਰਸਨਾ ਕਸਿਆ ਕਸ਼ੂਣ ਜਾਣੀ, ਇੱਕ ਦਿਨ ਕਾਜਰ ਰਿਹਾ ਮਾਇਆ ਪੂਰਨ ਕਈ ਰਵਾਣੀ, ਕਹਿ ਕਹਿ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ, ਗੁਰ ਦਾ ਸ਼ਬਦ ਕੰਨ ਹੈ ਸਾਹਿਬ
ਸ੍ਰੀ ਮਹਾਰਾਜ ਕਰੇ ਵਰਨ ਵਾਲੇ ਸੁਸ਼ੇ ਪਿਤਾ ਸਰਵ ਸੁਆਮੀ ਸਭ ਮਾਈ ਸਹਾਰੇ ਸਭ ਮਾਈ ਸਹਾਰੇ ਧੰਨ ਧੰਨ ਦਸਾਂ ਪਾਤਸ਼ਾਹ ਦੇ ਵਿਸਰੋਤ ਸ੍ਰੀ ਗੁਰੂ ਸਾਹਿਬ ਜੀ ਦੇ ਪਾਠ ਦਾ ਧਿਆਨ ਕਰਕੇ ਬੋਲੋ ਜੀ ਗੁਰੂ ਸਾਹਿਬਾਂ ਦੇ ਪੰਜ ਪਿਆਰੇ ਚਾਰ ਸਾਹਿਬ ਜਾਗੇ ਚਾਲੀ ਉੱਤੇ ਹਰਦੀਆਂ ਜੱਟੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵਨਕੀ ਛਕਿਆ ਦੇਗ ਜਲਾਈ ਤੇ ਗੁਆਈ ਦੇਖ ਕੇ ਖੰਡ ਕੀਤਾ ਤਿਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਸਿੱਖੀ ਸਦਰ ਕੇਸਾਂ ਸਵਾਸਾ ਸੰਗਵਾਈ ਤਿਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਾ ਦਾ ਧਿਆਨ ਕਰਕੇ ਬੋਲੋ ਜੀ ਸਿੰਘ ਦਾ ਪਰਿਵਾਰ ਸੀ ਪਾਤਸ਼ਾਹ ਜੀਓ ਭਾਈ ਅਮਰਜੀਤ ਸਿੰਘ ਜੀ ਯੂ ਐਸ ਏ
ਬੀਬੀ ਸਿੰਧ ਕਵਿਤਾ ਪ੍ਰਭਾਤ ਸਿੰਘ ਪਾਤਸ਼ਾਹ ਜੀ ਹੋ, ਉਹਨਾਂ ਦਾ ਪ੍ਰਭਾਤ ਪ੍ਰਮੰਤਰ ਪਾਤਸ਼ਾਹ ਜੀ ਹੋ, ਭਾਈ ਅਮਰਜੀਤ ਸਿੰਘ ਦਾ ਬੇਟਾ ਗੁਰਦੀਪ ਸਿੰਘ, ਇਹਨਾਂ ਦੀ ਸਪਤਨੀ ਬੀਬੀ ਰਜਵੀਰ ਕੌਰ, ਜੋ ਐਸੇ ਵਾਲੇ ਪ੍ਰਭਾਤ ਸਿੰਘ ਪਾਤਸ਼ਾਹ ਜੀ ਹੋ, ਆਪ ਜੀ ਦੀ ਯਾਦ ਵਿੱਚ ਅਤੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਸਿੰਘ ਪਾਤਸ਼ਾਹ ਜੀ ਹੋ, ਮੰਜੀ ਸਾਹਿਬਾਂ ਦੀ ਸੇਵਾ ਵਾਸਤੇ 25,000 ਰੁਪਏ ਦੀ ਸੇਵਾ ਕੀਤੀ ਹੈ। ਚੌਥੇ ਸ਼੍ਰੀ ਅਖੰਡ ਪਾਠ ਦੀ ਸੇਵਾ ਢਿੰਗਣਾ ਜੀ ਦਰਬਾਰ ਪਾਤਸ਼ਾਹ ਜੀ ਹੋ, ਭਾਈ ਸੰਦੀਪ ਸਿੰਘ, ਅਮਨਦੀਪ ਸਿੰਘ, ਸਪੁੱਤਰ ਜੋਗਿੰਦਰ ਸਿੰਘ ਜੀ ਮਾਨਾ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਬੇਅੰਤ ਮਾਇਆ ਹਾਜ਼ਰ ਕੀਤੀ ਹੈ। ਪੰਜਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਢਿੰਗਣਾ ਨਗਰ ਤੋਂ ਭਾਈ ਹਰਮੇਸ਼ ਸਿੰਘ ਜੀ ਯੂਐਸਏ, ਸਪੁੱਤਰ ਜਗਨੈਲ ਸਿੰਘ ਦੇ ਪਰਿਵਾਰ ਵੱਲੋਂ ਆਪ ਜੀ ਦੀ ਯਾਦ ਵਿੱਚ ਅਤੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਗੁਰੂ ਕੀ ਲੰਗਰ ਵਾਸਤੇ 29,670 ਰੁਪਏ ਦੀ ਸੇਵਾ ਕੀਤੀ ਹੈ। ਛੇਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਝਿੰਗਾ ਨਗਰ ਤੋਂ ਬੀਬੀ ਹਰਿੰਦਰ ਕੌਰ ਜੂਕੇ, ਪਤਨੀ ਸੁਜਾ ਸਿੰਘ ਜੀ ਰਾਇਤ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਹੋ, ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਬੇਅੰਤ ਮਾਇਆ ਹਾਜ਼ਰ ਕੀਤੀ ਹੈ। ਸੱਤਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਯੂਐਸਏ ਵਾਲਾ ਪਰਿਵਾਰ, ਭਾਈ ਹਰਵੀਰ ਸਿੰਘ, ਸਪੁੱਤਰ ਅਮਨਪ੍ਰੀਤ ਸਿੰਘ ਅਤੇ ਬੀਬੀ ਸੁਖਦੀਪ ਕੌਰ ਯੂਐਸਏ ਵਾਲੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਗੁਰੂ ਕੀ ਲੰਗਰ ਵਾਸਤੇ 17,375 ਰੁਪਏ ਦੀ ਸੇਵਾ ਕੀਤੀ ਹੈ। ਅੱਠਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਯੂਐਸਏ ਵਾਲਾ ਪਰਿਵਾਰ, ਭਾਈ ਤਰਲੋਚਨ ਸਿੰਘ ਅਤੇ ਬੀਬੀ ਸਰਬਜੀਤ ਕੌਰ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਗੁਰੂ ਕੀ ਲੰਗਰ ਵਾਸਤੇ 17,375 ਰੁਪਏ ਦੀ ਸੇਵਾ ਕੀਤੀ ਹੈ। ਨੌਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਝਿੰਗਣਾ ਨਗਰ ਤੋਂ, ਭਾਈ ਮੇਜਰ ਸਿੰਘ ਜੀ ਕਿਟਲੀ, ਸਪੁੱਤਰ ਧਰਮ ਸਿੰਘ ਦਾ ਪਰਿਵਾਰ ਸੱਚੇ ਪਾਤਸ਼ਾਹ ਜੀ ਹੋ, ਕਾਕਾ ਸ਼ੇਰ ਸਿੰਘ ਸ਼ੇਰਾ ਅਤੇ ਹਰਮੀਤ ਸਿੰਘ ਸਮੂਹ ਪਰਿਵਾਰ ਵੱਲੋਂ ਬੱਚਿਆਂ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਬੇਅੰਤ ਮਾਇਆ ਹਾਜ਼ਰ ਕੀਤੀ ਹੈ। ਦਸਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਝਿੰਗਣਾ ਨਗਰ ਤੋਂ, ਭਾਈ ਗੁਰਦਿਆਲ ਸਿੰਘ, ਸਪੁੱਤਰ ਜੀਤ ਸਿੰਘ ਜੀ ਯੂਐਸਏ ਵਾਲੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਗੁਰੂ ਕੇ ਲੰਗਰਾਂ ਵਾਸਤੇ 2,000 ਰੁਪਏ ਦੀ ਸੇਵਾ ਕੀਤੀ ਹੈ। ਗਿਆਰਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਯੂਐਸਏ ਵਾਲਾ ਪਰਿਵਾਰ, ਬੀਬੀ ਸੰਦੀਪ ਕੌਰ, ਸੁਪਤਨੀ ਪ੍ਰਭਜੋਤ ਸਿੰਘ, ਇਹਨਾਂ ਦਾ ਬੇਟਾ ਹਰਹੰਤ ਸਿੰਘ ਯੂਐਸਏ ਵਾਲੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਬੇਅੰਤ ਮਾਇਆ ਹਾਜ਼ਰ ਕੀਤੀ ਹੈ। ਬਾਰਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਦੁਲਦੀ ਵੱਲੋਂ, ਭਾਈ ਪਰਮਿੰਦਰ ਸਿੰਘ, ਸਪੁੱਤਰ ਜੋਗਾ ਸਿੰਘ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਗੁਰੂ ਕੇ ਲੰਗਰਾਂ ਵਾਸਤੇ 1100 ਰੁਪਏ ਦੀ ਸੇਵਾ ਕੀਤੀ ਹੈ। ਤੇਰਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਜਗਤਪੁਰ ਤੋਂ, ਭਾਈ ਪਰਦੀਪ ਸਿੰਘ, ਸਪੁੱਤਰ ਦੇਵ ਰੰਗ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਬੇਅੰਤ ਮਾਇਆ ਹਾਜ਼ਰ ਕੀਤੀ ਹੈ। ਚੌਦਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਝਿੰਗਣਾ ਨਗਰ ਤੋਂ, ਭਾਈ ਅਵਤਾਰ ਸਿੰਘ ਜੀ ਯੂਕੇ, ਸਪੁੱਤਰ ਸਰਨ ਸਿੰਘ ਜੀ ਸ਼ੇਰਗਿੱਲ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ।
ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਬੇਨਤ ਮਾਇਆ ਹਾਜ਼ਰ ਕੀਤੀ ਹੈ। ਸ੍ਰੀ ਅਖੰਡ ਪਾਠ ਦੀ ਸੇਵਾ ਝਿੰਗਣਾ ਨਗਰ ਤੋਂ ਭਾਈ ਸੁਖਵਿੰਦਰ ਸਿੰਘ ਅਤੇ ਬੇਟੀ ਜਗਦੀਸ਼ ਕੌਰ, ਤਿੰਨਾਂ ਦਾ ਬੇਟਾ ਜਗਦੀਸ਼ ਸਿੰਘ ਜੀ ਕਨੇਡਾ ਖੈੜਾ ਵਾਲੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ, ਬੱਚੇ ਦੀ ਚੜ੍ਹਦੀ ਕਲਾ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਤੇ ਹਾਜ਼ਰ ਕੀਤੇ, ਗੁਰੂ ਕੇ ਲੰਗਰਾਂ ਵਾਸਤੇ 12,000 ਰੁਪਏ ਦੀ ਸੇਵਾ ਕੀਤੀ ਹੈ। 16ਵੇਂ ਸ੍ਰੀ ਅਖੰਡ ਪਾਠ ਦੀ ਸੇਵਾ ਝਿੰਗਣਾ ਨਗਰ ਤੋਂ ਭਾਈ ਸੁਖਵਿੰਦਰ ਸਿੰਘ ਜੀ ਜਰਮਨ, ਸਪੁੱਤਰ ਤਰਸੇਵ ਸਿੰਘ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਤੇ ਹਾਜ਼ਰ ਕੀਤੇ, ਗੁਰੂ ਕੇ ਲੰਗਰਾਂ ਵਾਸਤੇ 2,000 ਰੁਪਏ ਦੀ ਸੇਵਾ ਕੀਤੀ ਹੈ। 17ਵੇਂ ਸ੍ਰੀ ਅਖੰਡ ਪਾਠ ਦੀ ਸੇਵਾ ਝਿੰਗਣਾ ਨਗਰ ਤੋਂ ਸ਼ਰਮਾ ਸਫੇਨ, ਸਪੁੱਤਰ ਪੰਡਿਤ ਵਿਜੇ ਕੁਮਾਰ, ਸਪੁੱਤਰ ਪੰਡਿਤ ਦਾਉਰੀ ਰਾਮ, ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ, ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਦਸ ਬੇਨਤੀ ਕਰਦੇ ਹੋਏ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਤੇ ਹਾਜ਼ਰ ਕੀਤੇ, ਬੇਨਤ ਮਾਇਆ ਹਾਜ਼ਰ ਕੀਤੀ ਹੈ। 18ਵੇਂ ਸ੍ਰੀ ਅਖੰਡ ਪਾਠ ਦੀ ਸੇਵਾ ਝਿੰਗਣਾ ਨਗਰ ਤੋਂ ਭਾਈ ਅਜੀਤ ਸਿੰਘ, ਸਪੁੱਤਰ ਸ੍ਰੀ ਰਾਮ ਚੰਦ ਦਾ ਪ੍ਰਵਾਸ ਸੱਚੇ ਪਾਤਸ਼ਾਹ ਜੀ, ਉਹ ਭਾਈ ਅਜੀਤ ਸਿੰਘ ਦੀ ਪੋਤਰੀ, ਬੱਚੀ ਮਨਪ੍ਰੀਤ ਕੌਰ ਕੈਨੇਡਾ, ਬੱਚੀ ਦੇ ਵਿਦੇਸ਼ ਜਾਣ ਦੀ ਖੁਸ਼ੀ ਵਿੱਚ ਅਤੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਗੁਰੂ ਕੇ ਲੰਗਰਾਂ ਵਾਸਤੇ 1100 ਰੁਪਏ ਦੀ ਸੇਵਾ ਕੀਤੀ ਹੈ। 19ਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਹੰਸਰਾਂ ਤੋਂ ਬੀਬੀ ਲਖਵਿੰਦਰ ਕੌਰ, ਸੁਪਤਨੀ ਭਾਈ ਗੁਰਵਿੰਦਰ ਸਿੰਘ ਜੀ ਜਰਮਨ, ਬੀਬੀ ਲਖਵਿੰਦਰ ਕੌਰ ਦੇ ਵਿਦੇਸ਼ ਜਨਮ ਜਾਣ ਦੀ ਖੁਸ਼ੀ ਵਿੱਚ ਅਤੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਗੁਰੂ ਕੇ ਲੰਗਰਾਂ ਵਾਸਤੇ 1100 ਰੁਪਏ ਦੀ ਸੇਵਾ ਕੀਤੀ ਹੈ। 20ਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਝਿੰਗਣਾ ਨਗਰ ਤੋਂ ਬੀਬੀ ਚਰਨਜੀਤ ਕੌਰ, ਸੁਪਤਨੀ ਕੁਲਦੀਪ ਸਿੰਘ ਜੀ ਮਿਟਲੀ, ਤਿੰਨਾਂ ਦਾ ਬੇਟਾ ਪ੍ਰਤਪਾਲ ਸਿੰਘ ਜੀ ਮਿਟਲੀ, ਤਿੰਨਾਂ ਦੀ ਸੁਪਤਨੀ ਬੀਬੀ ਗੁਰਜੀਤ ਕੌਰ ਅਤੇ ਬੇਟੀ ਗੁਰਸੀਰਤ ਕੌਰ, ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਬੇਨਤ ਮਾਇਆ ਹਾਜ਼ਰ ਕੀਤੀ ਹੈ। 21ਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਝਿੰਗਣਾ ਨਗਰ ਤੋਂ ਭਾਈ ਅਵਤਾਰ ਸਿੰਘ, ਬੀਬੀ ਸਿਮਰਜੀਤ ਕੌਰ ਕੈਨੇਡਾ, ਟੀਕਾ ਪਰਿਵਾਰ, ਤਿੰਨਾਂ ਦਾ ਬੇਟਾ ਹਰਦੀਪ ਸਿੰਘ ਜੀ ਇਟਲੀ ਅਤੇ ਭਾਈ ਮਨਜੀਤ ਸਿੰਘ USA, ਤਿੰਨਾਂ ਦੀ ਸੁਪਤਨੀ ਬੀਬੀ ਜਸਰੀਨ, ਤਿੰਨਾਂ ਦਾ ਬੇਟਾ ਜਸਟਨ ਅਤੇ ਜਸਜੀਤ ਸਿੰਘ, ਸਮੂਹ ਪਰਿਵਾਰ ਵੱਲੋਂ ਬੱਚਿਆਂ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਗੁਰੂ ਕੇ ਲੰਗਰਾਂ ਵਾਸਤੇ 2100 ਰੁਪਏ ਦੀ ਸੇਵਾ ਕੀਤੀ ਹੈ। 22ਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਝਿੰਗਣਾ ਨਗਰ ਤੋਂ ਭਾਈ ਸੰਤੋਖ ਸਿੰਘ ਜੀ USA, ਸਪੁੱਤਰ ਜੀਤ ਸਿੰਘ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਗੁਰੂ ਕੇ ਲੰਗਰਾਂ ਦੇ ਇੱਕ ਪੂਰੀ ਖੰਡ ਦੀ ਸੇਵਾ ਕੀਤੀ ਹੈ। 23ਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਝਿੰਗਣਾ ਨਗਰ ਤੋਂ ਬੀਬੀ ਸੁਰਿੰਦਰ ਕੌਰ USA, ਸੁਪਤਨੀ ਭਜਨ ਸਿੰਘ ਜੀ ਪੱਕਿਆਂ ਵਾਲੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਬੇਨਤ ਮਾਇਆ ਹਾਜ਼ਰ ਕੀਤੀ ਹੈ। 24ਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਮਹਿੰਗੋਵਾਲ ਤੋਂ ਭਾਈ ਰਜਿੰਦਰ ਸਿੰਘ, ਸਪੁੱਤਰ ਚੈਂਚਲ ਸਿੰਘ ਨਿਊਜ਼ੀਲੈਂਡ ਪੱਕੇ ਹੋਣ ਦੀ ਖੁਸ਼ੀ ਵਿੱਚ ਅਤੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਬੇਨਤ ਮਾਇਆ ਹਾਜ਼ਰ ਕੀਤੀ ਹੈ। 25ਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਪੰਜੋਤਾ ਤੋਂ
ਭਾਈ ਸੋਹਣ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੀ, ਬੇਨਤ ਮਾਇਆ ਹਾਜ਼ਰ ਕੀਤੀ ਹੈ। 26 ਵੈਸ਼ਰੀ ਆਪਣੇ ਪਾਠ ਦੀ ਸੇਵਾ ਝਿੰਗੜਾ ਨਗਰ ਤੋਂ ਭਾਈ ਅਜਮੇਰ ਸਿੰਘ ਜੀ USA ਸਪੁੱਤਰ ਗੁਰਬੀਰ ਸਿੰਘ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੀ, ਬੇਨਤ ਮਾਇਆ ਹਾਜ਼ਰ ਕੀਤੀ ਹੈ। 27 ਵੈਸ਼ਰੀ ਆਖੰਡ ਪਾਠ ਦੀ ਸੇਵਾ ਪਿੰਡ ਸ਼ੁਕਰਾਂ ਤੋਂ ਬੀਬੀ ਕਸ਼ਮੀਰ ਕੌਰ ਅਤੇ ਬੀਬੀ ਕਮਲਦੀਪ ਕੌਰ ਜੁਗੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੀ, ਬੇਨਤ ਮਾਇਆ ਹਾਜ਼ਰ ਕੀਤੀ ਹੈ। 28 ਵੈਸ਼ਰੀ ਆਖੰਡ ਪਾਠ ਦੀ ਸੇਵਾ ਦਿੱਲੀ ਸ਼ਹਿਰ ਤੋਂ ਭਾਈ ਮਨਵਿੰਦਰ ਸਿੰਘ ਸਪੁੱਤਰ ਗੁਰਜਨ ਸਿੰਘ ਜੀ ਕੈਨੇਡਾ ਵਾਲੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੀ, ਬੇਨਤ ਮਾਇਆ ਹਾਜ਼ਰ ਕੀਤੀ ਹੈ। 29 ਵੈਸ਼ਰੀ ਆਖੰਡ ਪਾਠ ਦੀ ਸੇਵਾ ਦਿੱਲੀ ਸ਼ਹਿਰ ਤੋਂ ਭਾਈ ਗੁਰਜਨ ਸਿੰਘ ਅਤੇ ਬੀਬੀ ਪਰਮਜੀਤ ਕੌਰ, ਇਹਨਾਂ ਦਾ ਬੇਟਾ ਸੁਖਿੰਦਰਪਾਲ ਸਿੰਘ, ਨਰਿੰਦਰ ਸਿੰਘ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੀ, ਬੇਨਤ ਮਾਇਆ ਹਾਜ਼ਰ ਕੀਤੀ ਹੈ। 30ਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਜੁਗੇ ਵਾਲਾ ਪਰਿਵਾਰ, ਭਾਈ ਬਲਵੀਰ ਸਿੰਘ ਜੀ ਭੱਜੂ ਅਤੇ ਬੀਬੀ ਮਹਿੰਦਰ ਕੌਰ ਜੁਗੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੀ, ਬੇਨਤ ਮਾਇਆ ਹਾਜ਼ਰ ਕੀਤੀ ਹੈ। 31ਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਜੁਗੇ ਪਰਿਵਾਰ, ਭਾਈ ਬਲਜੀਤ ਸਿੰਘ ਜਗਦੇਵ ਅਤੇ ਬੀਬੀ ਦਵਿੰਦਰ ਕੌਰ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੀ, ਬੇਨਤ ਮਾਇਆ ਹਾਜ਼ਰ ਕੀਤੀ ਹੈ। 32ਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ USA ਵਾਲਾ ਪਰਿਵਾਰ, ਬੀਬੀ ਮਨਪ੍ਰੀਤ ਕੌਰ ਪਤਨੀ ਰਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਗੁਰੂ ਕੀ ਨਗਰਾਂ ਵਾਸਤੇ 500 ਰੁਪਏ ਦੀ ਸੇਵਾ ਕੀਤੀ ਹੈ। 33ਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਝਿੰਗੜਾ ਨਗਰ ਤੋਂ ਭਾਈ ਰਵਿੰਦਰ ਸਿੰਘ, ਰਵਿੰਦਰ ਸਿੰਘ ਸਪੁੱਤਰ ਗੁਰਦੇਵ ਸਿੰਘ ਅਤੇ ਬੀਬੀ ਸੁਰਿੰਦਰ ਕੌਰ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ, ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਗੁਰੂ ਕੀ ਨਗਰਾਂ ਵਾਸਤੇ 5000 ਰੁਪਏ ਦੀ ਸੇਵਾ ਕੀਤੀ ਹੈ। ਇਸੇ ਹੀ ਪਰਿਵਾਰ ਵਿੱਚੋਂ ਭਾਈ ਜਸਕਰਨ ਸਿੰਘ, ਸਪੁੱਤਰ ਜੋਗਾ ਸਿੰਘ ਜੀ ਲਾਲੂ ਬਾਜ਼ਾਰ ਤੋਂ ਗੁਰੂ ਕੀ ਨਗਰਾਂ ਵਾਸਤੇ 2100 ਰੁਪਏ ਦੀ ਸੇਵਾ ਕੀਤੀ ਹੈ। ਬੀਬੀ ਇੰਦਰਜੀਤ ਕੌਰ, ਪਤਨੀ ਜਸਪਾਲ ਸਿੰਘ ਜੀ ਕੈਨੇਡਾ, ਇਹਨਾਂ ਦੀ ਬੇਟੀ ਅਵਲੀਨ ਕੌਰ ਕੈਨੇਡਾ ਨਿਵਾਸੀ, ਇਹਨਾਂ ਪਰਿਵਾਰ ਵੱਲੋਂ 1100 ਰੁਪਏ ਦੀ ਸੇਵਾ ਕੀਤੀ ਹੈ। ਪਾਤਸ਼ਾਹ ਜੀ ਉਹ 34ਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਝਿੰਗੜਾ ਨਗਰ ਤੋਂ ਬੀਬੀ ਰਾਜਿੰਦਰ ਕੌਰ, ਪਤਨੀ ਭਾਈ ਜਸਪਾਲ ਸਿੰਘ, ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਬੇਨਤ ਮਾਇਆ ਹਾਜ਼ਰ ਕੀਤੀ ਹੈ। 35ਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਝਿੰਗੜਾ ਨਗਰ ਤੋਂ ਭਾਈ ਜਸਕਰਨ ਸਿੰਘ ਜੀ USA, ਪੁੱਤਰ ਜਸਵੰਤ ਸਿੰਘ ਜੀ ਨਗਰੀਆ, ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ, ਨਦੀਆਂ ਦੀ ਚੰਗੀ ਕਲਾ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਬੇਨਤ ਮਾਇਆ ਹਾਜ਼ਰ ਕੀਤੀ ਹੈ। 36ਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਬੈਕਾ ਤੋਂ ਬੀਬੀ ਜਸ਼ੰਦਰ ਕੌਰ, ਪਤਨੀ ਭਾਈ ਸਰਜੀਤ ਸਿੰਘ ਜੀ ਵਿਰਕ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ
ਕੀਤੀ ਮਿਹਨਤ ਮਾਇਆ ਹਾਜ਼ਰ ਕੀਤੀ ਹੈ। ਸੈਂਤੀ ਵਿੱਚ ਸ਼੍ਰੀ ਅਖੰਡ ਪਾਠ ਦੀ ਸੇਵਾ ਪਟਨਾ ਸਾਹਿਬ ਤੋਂ ਯੂਕੇ ਵਾਲ ਪਰਿਵਾਰ ਭਾਈ ਗੁਰਸ਼ਾਨ ਸਿੰਘ, ਸੁਪੁੱਤਰ ਜਗਮੋਹਨ ਸਿੰਘ, ਸੁਪੁੱਤਰ ਦਇਆ ਸਿੰਘ ਜੀ ਆਦਿ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਨ ਨੇ ਹਾਜ਼ਰ ਕੀਤੀ, ਮਿਹਨਤ ਮਾਇਆ ਹਾਜ਼ਰ ਕੀਤੀ ਹੈ। 38 ਵਿੱਚ ਸ਼੍ਰੀ ਅਖੰਡ ਪਾਠ ਦੀ ਸੇਵਾ ਝੀਲਾਂ ਨਗਰ ਤੋਂ ਭਾਈ ਸੁਰਿੰਦਰ ਸਿੰਘ ਜੀ ਕਨੇਡਾ, ਸੁਪੁੱਤਰ ਸੁਮਨ ਸਿੰਘ ਜੀ ਗਰੇਵਾਲ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਨ ਨੇ ਹਾਜ਼ਰ ਕੀਤੀ, ਮਿਹਨਤ ਮਾਇਆ ਹਾਜ਼ਰ ਕੀਤੀ ਹੈ। 39 ਵਿੱਚ ਸ਼੍ਰੀ ਅਖੰਡ ਪਾਠ ਦੀ ਸੇਵਾ ਝੀਲਾਂ ਨਗਰ ਤੋਂ ਭਾਈ ਅਜੈ ਸਿੰਘ ਜੀ ਕਨੇਡਾ, ਸੁਪੁੱਤਰ ਫਤ ਸਿੰਘ ਦਾ ਪਰਿਵਾਰ ਦਾ ਪਛਿਆ ਜੀ ਉਹ ਭਾਈ ਅਜੈ ਸਿੰਘ ਦੇ ਬੇਟਾ ਹਰਜਿੰਦਰ ਸਿੰਘ, ਬੀਬੀ ਰਮਨਦੀਪ ਕੌਰ, ਬੇਟੀ ਰਮਨਦੀਪ ਕੌਰ ਅਤੇ ਤਾਲੀਆ ਕੌਰ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਨ ਦੇ ਹਾਜ਼ਰ ਕੀਤੇ ਗੁਰੂ ਜੀ ਨਗਰਾਂ ਵਾਸਤੇ 3000 ਰੁਪਏ ਦੀ ਸੇਵਾ। ਭਾਈ ਦਰਜਨ ਸਿੰਘ ਜੀ ਰਾਜਨ ਬੇਟਾ ਗੁਰਪ੍ਰੀਤ ਸਿੰਘ ਜੀ USA ਵਿੱਚ ਪੱਕੇ ਹੋਣ ਦੀ ਖੁਸ਼ੀ ਵਿੱਚ ਅਤੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਨ ਦੇ ਹਾਜ਼ਰ ਕੀਤੇ ਬੇਅੰਤ ਮਾਇਆ ਹਾਜ਼ਰ ਕੀਤੀ ਹੈ। ਆਸਟ੍ਰੇਲੀਆ ਸੁਪੁੱਤਰ ਅਮਰੀਤ ਸਿੰਘ ਜੀ ਗਰੇਵਾਲ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਬੇਅੰਤ ਮਾਇਆ ਹਾਜ਼ਰ ਕੀਤੀ ਹੈ। ਸ਼ੁਕਰਾਨੇ ਵਿੱਚ ਸ਼੍ਰੀ ਅਖੰਡ ਪਾਠ ਦੀ ਸੇਵਾ ਝੀਲਾਂ ਨਗਰ ਤੋਂ ਭਾਈ ਰਮਨ ਹਸਨ ਜੀ ਕਨੇਡਾ, ਸੁਪੁੱਤਰ ਸੁਰਜੀਤ ਸਿੰਘ ਜੀ ਢਿੱਲੋਂ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਬੇਅੰਤ ਮਾਇਆ ਹਾਜ਼ਰ ਕੀਤੀ ਹੈ। ਸੁਖਮੰਦਰ ਸ਼੍ਰੀ ਅਖੰਡ ਪਾਠ ਦੀ ਸੇਵਾ ਝੀਲਾਂ ਨਗਰ ਤੋਂ ਭਾਈ ਮਹਿੰਦਰ ਸਿੰਘ ਜੀ ਯੂਕੇ, ਸੁਪੁੱਤਰ ਸੁਰਜੀਤ ਸਿੰਘ ਜੀ ਢਿੱਲੋਂ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ ਹਾਜ਼ਰ ਕੀਤੇ, ਬੇਅੰਤ ਮਾਇਆ ਹਾਜ਼ਰ ਕੀਤੀ ਹੈ। ਪਟਵੰਦਰ ਸ਼੍ਰੀ ਅਖੰਡ ਪਾਠ ਦੀ ਸੇਵਾ ਝੀਲਾਂ ਨਗਰ ਤੋਂ ਭਾਈ ਗੁਰਦੇਵ ਸਿੰਘ ਜੀ ਯੂਕੇ, ਸੁਪੁੱਤਰ ਮਹਿੰਦਰ ਸਿੰਘ, ਮਾਤਾ ਅਮਰ ਕੌਰ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਨ ਦੇ ਹਾਜ਼ਰ ਕੀਤੇ, ਗੁਰੂ ਜੀ ਨਗਰਾਂ ਵਾਸਤੇ 7000 ਰੁਪਏ ਦੀ ਸੇਵਾ ਕੀਤੀ ਹੈ। 59 ਵਿੱਚ ਸ਼੍ਰੀ ਅਖੰਡ ਪਾਠ ਦੀ ਸੇਵਾ USA ਵਾਲ ਪਰਿਵਾਰ, ਭਾਈ ਗੁਰਿੰਦਰ ਸਿੰਘ, ਬੀਬੀ ਗੁਰਪ੍ਰੀਤ ਕੌਰ, ਬੇਟਾ ਸੁਵੇਗ ਸਿੰਘ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੀ ਹਾਜ਼ਰ ਕੀਤੀ, ਬੇਅੰਤ ਮਾਇਆ ਹਾਜ਼ਰ ਕੀਤੀ ਹੈ। ਸਤਿਗੁਰੂ ਸ਼੍ਰੀ ਅਖੰਡ ਪਾਠ ਦੀ ਸੇਵਾ ਝੀਲਾਂ ਨਗਰ ਤੋਂ ਭਾਈ ਗੁਰਦੀਪ ਸਿੰਘ, ਪੁੱਤਰ ਗੁਰਚਰਨ ਸਿੰਘ, ਬੱਚੇ ਦੇ ਵਿਦੇਸ਼ ਜਾਣ ਦੀ ਖੁਸ਼ੀ ਵਿੱਚ ਅਤੇ ਪੱਕੇ ਹੋਣ ਵਾਸਤੇ ਅਰਦਾਸ ਬੇਨਤੀ ਕਰਦੇ ਹੋਏ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੀ ਹਾਜ਼ਰ ਕੀਤੀ, ਬੇਅੰਤ ਮਾਇਆ ਹਾਜ਼ਰ ਕੀਤੀ ਹੈ। ਅਕਾਲ ਨੇ ਸ਼੍ਰੀ ਅਖੰਡ ਪਾਠ ਦੀ ਸੇਵਾ ਝੀਲਾਂ ਨਗਰ ਤੋਂ ਭਾਈ ਜਗਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਜੀ ਯੂਕੇ, ਸੁਪੁੱਤਰ ਤਰਸੇਵ ਸਿੰਘ ਜੀ ਫੌਜੀ, ਬੀਬੀ ਸੁਰਜੀਤ ਕੌਰ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲੀ ਹਾਜ਼ਰ ਕੀਤੇ, ਗੁਰੂ ਜੀ ਨਗਰਾਂ ਵਾਸਤੇ 21
ਸੰਤਾਂ ਦੀ ਸੇਵਾ ਕੀਤੀ ਹੈ। ਬਾਟ ਪਿਛਲੀ ਅਖੰਡ ਪਾਠ ਦੀ ਸੇਵਾ ਗੜੀ ਅਜੀਤ ਸਿੰਘ ਤੋਂ ਅਮਨਦੀਪ ਕੌਰ ਪਤਨੀ ਅਮਨਜੀਤ ਸਿੰਘ ਜੀ ਬੇਟਾ ਵਾਲੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੰਦਰ ਮਾਤੇ ਹਾਜ਼ਰ ਕੀਤੇ ਗੁਰੂ ਕੀ ਨਗਰ ਵਾਸਤੇ 9000 ਰੁਪਏ ਦੀ ਸੇਵਾ ਕੀਤੀ ਹੈ। ਤ੍ਰੇਸ਼ਵੀ ਅਖੰਡ ਪਾਠ ਦੀ ਸੇਵਾ ਢੇਰਾ ਨਗਰ ਤੋਂ ਭਾਈ ਅਜੀਤ ਸਿੰਘ ਜੂ ਐਸ ਏ ਸਮੁੰਦਰ ਊਧਮ ਸਿੰਘ ਅਤੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਤੇ ਹਾਜ਼ਰ ਕੀਤੇ ਬੇਅੰਤ ਮਾਇਆ ਹਾਜ਼ਰ ਕੀਤੀ ਹੈ। ਚੌਥੇ ਸ੍ਰੀ ਅਖੰਡ ਪਾਠ ਦੀ ਸੇਵਾ ਢੇਰਾ ਨਗਰ ਤੋਂ ਕਕਾ ਮਾਲੇ ਵਾਲਾ ਪਰਿਵਾਰ ਭਾਈ ਬਲਵੀਰ ਸਿੰਘ ਸਪੁੱਤਰ ਲਰਜਨ ਦਾਸ ਪਰਿਵਾਰ ਵੱਲੋਂ ਆਪਣੇ ਬੇਟੇ ਮਨਮੋਹਨ ਸਿੰਘ ਦੇ ਯੂ ਐਸ ਏ ਜਾਣ ਦੀ ਖੁਸ਼ੀ ਵਿੱਚ ਅਤੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਤੇ ਹਾਜ਼ਰ ਕੀਤੇ ਬੇਅੰਤ ਮਾਇਆ ਹਾਜ਼ਰ ਕੀਤੀ ਹੈ। ਪਿੰਡ ਮਿਸ਼ਰੀ ਅਖੰਡ ਪਾਠ ਦੀ ਸੇਵਾ ਢੇਰਾ ਨਗਰ ਤੋਂ ਭਾਈ ਸਰਵਨ ਸਿੰਘ ਸੁੰਦਰ ਅਮਰ ਸਿੰਘ ਜੀ ਨਗਰੀਆ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਤੇ ਹਾਜ਼ਰ ਕੀਤੇ ਬੇਅੰਤ ਮਾਇਆ ਹਾਜ਼ਰ ਕੀਤੀ ਹੈ। ਛਿਆਹਠ ਮਿਸ਼ਰੀ ਅਖੰਡ ਪਾਠ ਦੀ ਸੇਵਾ ਪਿੰਡ ਸਤਨੌਰ ਤੋਂ ਭਾਈ ਪ੍ਰਤਾਪ ਸਿੰਘ ਸੁੰਦਰ ਕਿਸ਼ਨ ਜੰਗ ਅਤੇ ਭਾਈ ਪਰਮਜੀਤ ਸਿੰਘ ਜੀ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਤੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਤੇ ਹਾਜ਼ਰ ਕੀਤੀ ਬੇਅੰਤ ਮਾਇਆ ਹਾਜ਼ਰ ਕੀਤੀ ਹੈ। ਸੁਤਾਰਪੁਰੇ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਦਾਸਾਵਾਦ ਤੋਂ ਭਾਈ ਮਲਕੀਰ ਸਿੰਘ ਜੀ ਦੂਕੇ ਸੁੰਦਰ ਹਰਜੀਤ ਸਿੰਘ ਜੀ ਬੱਚੇ ਦੇ ਵਿਦੇਸ਼ ਜਾਣ ਦੀ ਖੁਸ਼ੀ ਵਿੱਚ ਅਤੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਤੇ ਹਾਜ਼ਰ ਕੀਤੇ ਬੇਅੰਤ ਮਾਇਆ ਹਾਜ਼ਰ ਕੀਤੀ ਹੈ। ਅਠਾਰਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਝੇੜਾ ਨਗਰ ਤੋਂ ਭਾਈ ਤੇਜ ਸਿੰਘ ਪੁੱਤਰ ਜੈਤੋ ਸਿੰਘ ਜੀ ਮਾਨਾ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਤੇ ਹਾਜ਼ਰ ਕੀਤੇ ਬੇਅੰਤ ਮਾਇਆ ਹਾਜ਼ਰ ਕੀਤੀ ਹੈ। ਉਣਹੱਤਰਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਝੇੜਾ ਨਗਰ ਤੋਂ ਭਾਈ ਸਰਬਜੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਜੀ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਤੇ ਹਾਜ਼ਰ ਕੀਤੇ ਗੁਰੂ ਕੀ ਨਗਰ ਵਾਸਤੇ 1100 ਰੁਪਏ ਦੀ ਸੇਵਾ ਕੀਤੀ ਹੈ। ਸਤਰਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਝੇੜਾ ਨਗਰ ਤੋਂ ਭਾਈ ਹਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਜੀ ਰਹਿਤ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਤੇ ਹਾਜ਼ਰ ਕੀਤੇ ਬੇਅੰਤ ਮਾਇਆ ਹਾਜ਼ਰ ਕੀਤੀ ਹੈ। ਸਤਰਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਝੇੜਾ ਨਗਰ ਤੋਂ ਦੀਦੀ ਗੁਰਿੰਦਰ ਕੌਰ ਜੂਕੇ ਸਪੁੱਤਰੀ ਦਰਸ਼ਨ ਸਿੰਘ ਜੀ ਰਹਿਤ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਤੇ ਹਾਜ਼ਰ ਕੀਤੀ ਬੇਅੰਤ ਮਾਇਆ ਹਾਜ਼ਰ ਕੀਤੀ ਹੈ। ਬਹਾਦਰਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਝੇੜਾ ਨਗਰ ਤੋਂ ਭਾਈ ਬਹਾਦਰ ਸਿੰਘ ਜੀ ਯੂਕੇ ਇਹਨਾਂ ਦੀ ਸਪੁੱਤਰੀ ਦੀਦੀ ਸੁਰਿੰਦਰਜੀਤ ਕੌਰ ਸ਼ੇਰਗੜ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕੀਤਾ ਹੈ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਤੇ ਹਾਜ਼ਰ ਕੀਤੀ ਬੇਅੰਤ ਮਾਇਆ ਹਾਜ਼ਰ ਕੀਤੀ ਹੈ। ਹੋਰ ਆਪ ਜੀ ਦੇ ਸੇਵ ਪਰਿਵਾਰ ਜਿਨ੍ਹਾਂ ਨੇ ਗੁਰੂ ਕੀ ਨਗਰ ਵਾਸਤੇ ਮਾਇਆ ਭੇਜੀ ਹੈ, ਭਾਈ ਸੁਖਜੀਤ ਸਿੰਘ ਦੇਵੀ ਜੀ, ਰਜੀਤ ਕੌਰ ਇਹਨਾਂ ਦਾ ਬੇਟਾ, ਹਰਜੀਤ ਸਿੰਘ ਜੀ ਦਾ, ਸਰਜੀਤ ਕੌਰ, ਹਰਜੀਤ ਕੌਰ ਯੂ ਐਸ ਏ ਵਾਲੇ ਪਰਿਵਾਰ ਵਾਸਤੇ ਦੱਸਿਆ ਕਿ ਉਹ ਨਗਰ ਕੀਰਤਨ ਵਿੱਚ ਪ੍ਰਸ਼ਾਦੀ ਸੇਵਾ ਵਾਸਤੇ 5000 ਰੁਪਏ ਦੀ ਸੇਵਾ ਕੀਤੀ ਹੈ। ਮਦਨ ਲਾਲ ਦੇਵੀ ਜੀ, ਕ੍ਰਿਸ਼ਨਾ ਦੇਵੀ ਯੂ ਐਸ ਏ ਵਾਲੇ ਪਰਿਵਾਰ ਵੱਲੋਂ 1000 ਰੁਪਏ ਦੀ ਸੇਵਾ ਕੀਤੀ ਹੈ। ਹਰਜੀਤ
ਸਿੰਘ, ਜਗਤਾਰ ਸਿੰਘ ਜੀ, ਵਿਸ਼ਵਕਰਮਾ ਵਾਸਤੇ 3500 ਰੁਪਏ ਦੀ ਸੇਵਾ ਕੀਤੀ ਹੈ। ਮਤੂ ਸਿੰਘ ਸਪੁੱਤਰ ਉਧਮ ਸਿੰਘ ਜੀ ਕੈਨੇਡਾ ਵਾਲੇ ਪਰਿਵਾਰ ਵੱਲੋਂ ਦਰਵਿੰਦਰਾ ਵਾਸਤੇ 10000 ਰੁਪਏ ਦੀ ਸੇਵਾ ਕੀਤੀ ਹੈ। ਗਿਰਧਾਰੀ ਦਾ ਪੁੱਤਰ ਦੌਲਤ ਰਾਮ ਦੇ ਪਰਿਵਾਰ ਵੱਲੋਂ ਗੁਰੂ ਕੈਨੇਡਾ ਵਾਸਤੇ 1500 ਰੁਪਏ ਦੀ ਸੇਵਾ ਕੀਤੀ ਹੈ। ਜਗਤਪ੍ਰੀਤ ਸਿੰਘ ਬੀਬੀ ਹਰਿੰਦਰ ਕੌਰ ਨਿਊਜ਼ੀਲੈਂਡ ਵਾਲੇ ਪਰਿਵਾਰ ਵੱਲੋਂ 2500 ਰੁਪਏ ਦੀ ਸੇਵਾ ਕੀਤੀ ਹੈ। ਰਾਜਵਿੰਦਰ ਕੌਰ ਪਤਨੀ ਸਾਈ ਸਿੰਘ ਜੀ USA ਵਾਲੇ ਪਰਿਵਾਰ ਵੱਲੋਂ 5500 ਰੁਪਏ ਦੀ ਸੇਵਾ ਕੀਤੀ ਹੈ। USA ਸਮੁੰਦਰੀ ਪ੍ਰਸ਼ੋਤਮ ਸਿੰਘ ਜੀ ਹਰ ਪਰਿਵਾਰ ਵੱਲੋਂ ਗੁਰੂ ਕੈਨੇਡਾ ਵਾਸਤੇ 8100 ਰੁਪਏ ਦੀ ਸੇਵਾ ਕੀਤੀ ਹੈ। ਕਿਰਪਾ ਕਰਕੇ ਮਿਹਰ ਕਰਦੇ ਆਪਣੇ ਸੇਵਕ ਪਰਿਵਾਰਾਂ ਦੀਆਂ ਸਭ ਮਨੋਕਾਮਨਾ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਦੀ ਰੱਖਿਆ ਕਰਨੀ, ਬੱਚਿਆਂ ਦੇ ਸੱਤੇ ਵਿਆਹ ਪ੍ਰਸਥਨਾ, ਕਾਰੋਬਾਰ ਦੇ ਬੱਚੀਆਂ ਬੱਚੀਆਂ ਤੰਦਰੁਸਤੀਆਂ ਦੀ ਦਾਤ ਦੱਸਣੀ ਸੱਚੇ ਪਾਤਸ਼ਾਹ ਜੀ। ਆਈ ਸੰਗਤ ਦੀ ਹਾਜ਼ਰੀ ਤੇ ਫੁੱਲ ਭੇਟਾ ਦਾ ਪ੍ਰਵਾਨ ਕਰਨੀ, ਕਦਮ ਕਦਮ ਸਵਾਲ ਸਵਾਲ ਸਰੀਖੇ ਵਿੱਚ ਆਉਣਾ, ਆਪਣੇ ਦਲ ਕੋਲ ਨਾਮ ਦੀਆਂ ਦਾਤਾਂ ਸਿੱਖੀ ਦੀ ਬਖਸ਼ਾ, ਨਗਰ ਜ਼ਿਲ੍ਹੇ ਸਰਬੱਤਾਂ ਲਈ ਸਰਬੱਤ ਦਾ ਭਲਾ ਕਰਨਾ, ਆਪਣੇ ਮੇਰੇ ਦੀ ਚੜ੍ਹਦੀ ਕਲਾ ਬਖਸ਼ਣੀ, ਸੇਵਾ ਦਲਾਂ ਦੇ ਸਿਰ ਤੇ ਵਿਆਹ ਪ੍ਰਸਥਨਾ ਸੱਚੇ ਪਾਤਸ਼ਾਹ ਜੀ। ਆਪ ਜੀ ਦੀਆਂ ਉਹ ਸੰਗਤਾਂ ਵੱਲੋਂ ਹਾਜ਼ਰੀਆਂ ਭਰਦੇ ਹੋਏ ਸੱਚੇ ਪਾਤਸ਼ਾਹ ਜੀ ਸਲਾਮਾਂ ਚੁੱਕੀਆਂ ਹਨ। ਮੇਰੇ ਬੋਲੀਆਂ ਸਭ ਕੇ ਜਾਣਦਾ ਕਿਸੇ ਅੱਗੇ ਕੀਤੇ ਅਰਦਾਸ, ਆਪਣੀਆਂ ਸੰਗਤਾਂ ਦੀਆਂ ਸ਼ੁਭ ਮਨੋਕਾਮਨਾ ਪੂਰੀਆਂ ਕਰਨੀਆਂ, ਖੁਸ਼ੀਆਂ ਅਤੇ ਚਿਹਰੇ ਬਖਸ਼ਰੇ, ਗੁਰੂ ਘਰ ਦਾ ਪਿਆਰ ਬਣਾਈ ਰੱਖਣਾ, ਅੱਗੇ ਤੋਂ ਇਸੇ ਤਰ੍ਹਾਂ ਸੇਵਾ ਕਰਨ ਦੇ ਬਲ ਪੁੱਤ ਬਖਸ਼ਰੇ, ਜੇ ਹੁੰਦਾ ਬਖਸ਼ੀਆਂ ਸੱਚੇ ਪਾਤਸ਼ਾਹ ਜੀ। ਆਪ ਜੀ ਦੇ ਸੇਵਕ ਪਰਿਵਾਰਾਂ ਵੱਲੋਂ ਸਮੂਹ ਸੰਗਤਾਂ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਗੁਰੂ ਦੀਆਂ ਦੇਗਾਂ ਅਤੇ ਪਿਆਰੇ ਵਾਲੇ ਸਦਕੇ ਹਾਜ਼ਰ ਕੀਤੇ ਹਨ ਦਾ ਪ੍ਰਵਾਨ ਕਰਾਂਗੇ। ਪ੍ਰਵਾਨ ਵਾਸਤੇ ਸ਼ਾਹ ਸੋ ਸੰਧੀ ਰਸਨਾ ਵਾਲੇ ਤੋਂ ਹੋਵੇ, ਯੋਜੀ ਛਕੇ ਸਵਾਲ ਸਵਾਲ ਸਾਹਿਬ ਜੀ ਦਾ ਨਾਮ ਜਪੇ, ਕਿਰਪਾ ਕਰੋ ਆਪਣੇ ਅਨਾਦੀ ਹੁਕਮਨਾਮੇ ਬਖਸ਼ ਕਰਦੇ ਹੋਏ ਸੰਗਤਾਂ ਨੂੰ ਦਰੂ ਵੱਲੋਂ ਤਿਹਾਰ ਕਰੋ ਜੀ। ਜੋ ਆਪ ਦੇ ਤਾਰਾ ਵੇ ਸੁਰਾਜੀ ਹੋ ਕੇ ਜਾਵੇ, ਖੜੇ ਸੋ ਖੜੇ ਛੜੇ ਬਲੇ ਸੋਈ ਕਰੇ, ਸੁੱਖ ਹੋਵੇ ਨਾਮ ਕੇ ਦਿਆਵੇ, ਨਾਮ ਬਣਾ ਚੜ੍ਹਦੀ ਕਲਾ ਮੇਰੇ ਬਾਣੀ। ਕਿਰਪਾ ਕਰੋ ਤੀਨ ਕੇ ਦਾਤੇ
ਮੇਰਾ ਗੁਣ ਆਪ ਕਰਨਾ ਵਿਚਾਰੋ ਕੋਈ ਮਾਟੀ ਕਾ ਧੁੱਪੈ ਸਵਾਮੀ ਮਾਨਸ ਕੇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਸਰਣ ਸਗਲ ਭੈ ਲਖ ਦੁਖ ਬਿਨਸੇ ਸੁਖ ਪਾਇਆ ਦਿਆਲੂ ਆਪਾਰ ਪੁਰਬ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਕੀ ਸਰਣ ਸਗਲ ਭੈ ਲਖ ਦੁਖ ਬਿਨਸੇ ਸੁਖ ਪਾਇਆ ਦਿਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰਾ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀ ਦਿਆਲਾ ਗੁਣ ਗਾਓ ਰੰਗ ਰਾਤਾ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਦੀ ਰਿਛ ਪੁਜਾਈ ਨਾਨਕ ਦਾਸ ਕਾ ਕਹਿ ਬਲਹਾਰਾ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਨਾਨਕ ਦਾਸ ਕਾ ਬਲਹਾਰਾ ਜਿਨ ਪੂਰਨ ਪੈਜ ਰਖਾਈ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਸਤਿਕਾਰ ਜੋ ਪਰਿਵਾਰਾਂ ਵੱਲੋਂ ਆਪਣੀਆਂ ਕਿਰਤ ਕਮਾਈਆਂ ਨੂੰ ਸਫਲ ਕਰਦੇ ਹੋਏ ਪਰਿਵਾਰਾਂ ਦੀ ਤੰਦਰੁਸਤੀ ਬੱਚਿਆਂ ਦੀ ਚੜ੍ਹਦੀ ਕਲਾ ਸਰਹੱਦ ਦੇ ਭਲੇ ਵਾਸਤੇ ਅਰਦਾਸ ਕਰਦੇ ਹੋਏ ਹੋ।
ਪਾਇਆ ਸਹਿਜ ਮਨ ਲੀਆਂ ਵਾਲੀਆਂ
ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰੋ ਰਣਾਲੇ ਹਰ ਨਾਲ ਤੂੰ ਮਨ ਮੇਰਾ ਤੂੰ ਸਭ ਦੇ ਸਾਰਨ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਨ ਸਭਨਾ ਕਰਾਂ ਸਭਨਾ ਸੁਆਮੀ ਤੂੰ ਕਿਉਂ ਮਨੁੱਖ ਸਾਰੇ ਕਹਿ ਨਾਲ ਮਨ ਮੇਰੇ ਸਦਾ ਰੋ ਰਣਾਲੇ ਸਾਚੇ ਸਾਈ ਵਾਰ ਕਰ ਨਹੀਂ ਕਰ ਤੇਰਾ ਸਾਤਾ ਤੇਰਾ ਸਭ ਮਿਲਿਆ ਜੇ ਜੇ ਜੋ ਪਾਵੇ ਸਦਾ ਸਿਰ ਸਲਾ ਤੇਰੀ ਨਾਮ ਮਨ ਸਾਵੇ ਨਾਨਕ ਕੈ ਮਨ ਸਿਆ ਸਾਜੇ ਸ਼ਬਦ ਮੇਰੇ ਕਹਿ ਨਾਮ ਸੱਚੇ ਸਾਹੇ ਹੋ ਪਿਆਰਾ ਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਧਨਾ ਉਧਾਰ ਮੇਰਾ ਜਿਨ ਬੁੱਕਾਂ ਸਭ ਬੁਲਾਈਆਂ ਦਰਸ਼ਾਂ ਸੁਖ ਮਨਾਏ ਵਸਿਆ ਸਦਾ ਕੁਰਬਾਨੀ ਕਹੋ ਜਿਹੜੀਆਂ ਇਹ ਬੜੀਆਂ ਸਹਿਤਾ ਸੋ ਸੰਤੋ ਸਤ ਰੋਧਿਆਰੋ ਸਚਾ ਨਾਮ ਆਧਾਰੋ ਵਾਜੇ ਪੰਜ ਸ਼ਬਦ ਤਰਸ ਭਾਗੈ ਤਰਸ ਭਾਗੈ ਸ਼ਬਦ ਵਾਜੇ ਕੜਾ ਦਿਨ ਧਾਰੀਆ ਪੰਜ ਲੋਕ ਰਸ ਕੀਤੇ ਕਾਲ ਮੰਡਕ ਮਾਰਿਆ ਤੁਰ ਕਰਮ ਪਾਇਆ ਬੋਲੋ ਜੀ ਵਾਹਿਗੁਰੂ ਗੁਰੂ ਸਾਹਿਬ ਦੇ ਪੰਜ
ਜਪੇ ਆਦਿ ਚਾਰ ਸਿਰ ਜਾਤਿ ਚਾਲੀ ਮੁਕਤੇ ਅੱਡੀਆਂ ਜਪੀਆਂ ਕਵੀਆਂ ਦਿਨ ਮਨ ਜਪਿਆ ਵੰਡ ਕੇ ਛਕਿਆ ਦੇ ਚਲਾਈ ਤੇ ਗੁਆਰੀ ਦੇ ਕੇ ਅੰਦਰ ਕੀਤਾ ਜਿਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਹਨਾਂ ਨੂੰ ਸਿੰਘਾਂ ਸਿੰਘਣੀਆਂ ਦੇ ਧਰਮ ਦੇ ਸੀਸ ਦਿੱਤੇ ਪੰਡ ਪੰਡ ਦੁਆਏ ਆਪਣੀਆਂ ਗੱਲਾਂ ਉਚਾਰੀਆਂ ਦਾ ਨਾਰਾਇਣ ਕਰਾਏ ਵਧੀਆ ਦੇਗਾਂ ਵਿੱਚ ਬੈਠੇ ਗੁਰੂ ਨੇ ਕਵਾਲੀਆਂ ਕੀਤੀਆਂ ਬੱਚਿਆਂ ਦੇ ਛੋਟੇ ਪਾਏ ਦਾ ਵਿਵਹਾਰ ਪਾਏ ਤੋਂ ਅਸੀਂ ਨਹੀਂ ਵਿਚਾਰੀ ਤੇਰੇ ਭਾਣੇ ਤੋਂ ਮਿਲਤੰਗ ਕਰਕੇ ਜਾਣੇ ਹਾਂ ਸਿੱਖੀ ਸਦਕ ਕੇਸਾਂ ਸਵਾਸਾ ਸੰਭਾਈ ਇਸਤਰੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤੱਤਾਂ ਸਰਬੱਤ ਨੂੰ ਦਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ 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 ਜਨਮਾਏ ਸਰਬੱਤ ਖਾਲਸਾ ਜੀ ਦੇ ਗ੍ਰਾਸ ਹੈ ਜੀ ਸਰਬੱਤ ਖਾਲਸਾ ਜੀ ਤੋਂ ਵਾਹਿਗੁਰੂ 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 ਨਾਮ ਜਿੱਤੇ ਆ ਵਿੱਚ ਤਾਰੂ ਦਾ ਸਰਕਾਰ ਸਭ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਨੇ ਤਾਂ ਤਾਂ ਰਸ਼ਿਆ ਦੇ ਆਏ ਤੋਂ ਦੇਵ ਦੇਵ ਮਤੇ ਸਤਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਦਿੱਲੀ ਸ਼ਹਿਰ ਤੋਂ ਭਾਈ ਅਮਿਤ ਸਿੰਘ
ਅਤੇ ਪਰਮਜੀਤ ਸਿੰਘ ਅਸਟੇਲੀਆ ਵਾਲੇ ਪਰਿਵਾਰ ਦਸ ਜੇ ਪਾਤਸ਼ਾਹ ਦੀ ਉਪਰਵਰ ਦੀ ਤੰਦਰੁਸਤੀ ਵਾਸਤੇ ਆਦਮੀ ਦਾ ਸ਼ੁਕਰਾਨਾ ਕਰ ਲਗੇ ਹਨ। ਅੱਠਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਬਹਾਦਰ ਕੇ ਲੁਧਿਆਣਾ ਤੋਂ ਕਾਕਾ ਪਰਮਜੀਤ ਸਿੰਘ ਦੀ ਜੀਮਾ, ਸੁਪੁੱਤਰ ਵਿਰਧ ਸਿੰਘ ਦੀ ਜੀਮਾ, ਯੂ ਐਸ ਏ ਵਾਲੇ ਪਰਿਵਾਰ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰ ਲਗੇ ਹਨ। ਨੌਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਯੂ ਐਸ ਏ ਵਾਲਾ ਪਰਿਵਾਰ, ਭਾਈ ਗੁਰਿੰਦਰ ਸਿੰਘ ਦੀ ਵਿਰਕ, ਬੀਬੀ ਪ੍ਰਦੀਪ ਕੌਰ, ਬੇਟੀ ਸੀਤ ਕੌਰ ਅਤੇ ਅਰਜੋਈ ਕੌਰ, ਯੂ ਐਸ ਏ ਵਾਲੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਦਸਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਬਹਾਦਰ ਕੇ ਲੁਧਿਆਣਾ ਤੋਂ ਭਾਈ ਗੁਰਭੈਰ ਸਿੰਘ ਜੀ ਬਾਜਵਾ ਅਤੇ ਬੀਬੀ ਰਾਜਵਿੰਦਰ ਕੌਰ ਬਾਜਵਾ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਗਿਆਰਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਜਲੰਧਰ ਸ਼ਹਿਰ ਤੋਂ ਭਾਈ ਜੋਗਿੰਦਰ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਬਾਰਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਯੂਪੀ ਪਰਿਵਾਰ ਇੰਦਰਜੀਤ ਸਿੰਘ ਜੀ ਸਹਿਲੀ ਪਰਿਵਾਰ ਵੱਲੋਂ ਆਪਣੇ ਵਿਆਹ ਵਿਖੇ ਦੋਹਤਰੇ ਦੀ ਦਾਤ ਬਖਸ਼ੀ ਸੱਚੇ ਪਾਤਸ਼ਾਹ ਜੀ ਉਹਨਾਂ ਖੁਸ਼ੀ ਅੰਦਰ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਤੇਰਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਜਲੰਧਰ ਸ਼ਹਿਰ ਤੋਂ ਭਾਈ ਲਾਲ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਚੌਦਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਗੁਜਰਾਤ ਵਾਲਾ ਪਰਿਵਾਰ, ਭਾਈ ਗੁਰਚਰਨ ਸਿੰਘ, ਪੁੱਤਰ ਰੰਜਨ ਸਿੰਘ, ਬੇਟਾ ਮਨਪ੍ਰੀਤ ਸਿੰਘ, ਜਸਵੀਰ ਸਿੰਘ, ਪ੍ਰਦੇਸ਼ ਵਾਸਤੇ ਅਰਦਾਸ ਬੇਨਤੀ, ਔਰ ਸੁਖਮਨ ਸਿੰਘ ਅਤੇ ਜਸਮਨ ਸਿੰਘ ਬੱਚਿਆਂ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਪੰਦਰਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਗਰੰਦਾ ਤੋਂ ਬੀਬੀ ਦਰਿੰਦਰ ਕੌਰ, ਬੇਟਾ ਗੁਰਨੂਰ ਸਿੰਘ ਦੇ ਰੋਕਾ ਵਾਸਤੇ ਅਤੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਸੋਲਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਮਹਿਮੋਵਾਲ ਤੋਂ ਯੂ ਐਸ ਏ ਵਾਲਾ ਪਰਿਵਾਰ, ਭਾਈ ਗੁਰਮੇਲ ਸਿੰਘ ਅਤੇ ਭਾਈ ਕੁਲਦੀਪ ਸਿੰਘ ਬੱਚੇ ਦੇ ਸਹਿਯੋਗਾਂ ਵਾਸਤੇ ਅਰਦਾਸ ਬੇਨਤੀ ਕਰਦੇ ਹੋਏ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਸਤਾਰਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਬਦਰਾਣਾ ਤੋਂ ਭਾਈ ਕੁਲਦੀਪ ਸਿੰਘ, ਪੁੱਤਰ ਮਿਸਤਰੀ ਮਾਘੀ ਰਾਮ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਅਠਾਰਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਗੜਸ਼ੰਕਰ ਤੋਂ ਲਵਜੀਤ ਕੌਰ, ਸੁਪਤਨੀ ਸੁਨੀਸ਼ ਕੁਮਾਰ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਉੱਨੀਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਫਤਿਹਗੜ੍ਹ ਸਾਹਿਬ ਤੋਂ ਭਾਈ ਲਖਵੀਰ ਸਿੰਘ, ਸਪੁੱਤਰ ਜੇਠ ਗੁਰਬਖਸ਼ ਸਿੰਘ, ਬੀਬੀ ਮਨਜੀਤ ਕੌਰ ਅਤੇ ਗੁਰਵਿੰਦਰ ਸਿੰਘ, ਕੁਲਦੀਪ ਕੌਰ, ਗਗਨਦੀਪ, ਨਿਰਮਲ ਕੌਰ ਅਤੇ ਗੁਰਵਿੰਦਰ ਸਿੰਘ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਵੀਹਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਗੁੰਡਰ ਕਰਨਾਲ ਤੋਂ ਭਾਈ ਗੁਰਜੀਤ ਸਿੰਘ, ਯੂ ਐਸ ਏ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਪੱਚੀਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਰੰਗੋਆ ਤੋਂ ਗੁਜਰਾਤ ਵਾਲਾ ਪਰਿਵਾਰ, ਭਾਈ ਤੀਰ ਸਿੰਘ, ਪੁੱਤਰ ਦਰਸ਼ਨ ਸਿੰਘ, ਬੇਟੇ ਪਰਵਿੰਦਰ ਸਿੰਘ, ਗੁਰਦੀਪ ਸਿੰਘ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਛੱਬੀਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਜੁਗਤ ਸਿੰਘ ਵਾਲਾ ਪਰਿਵਾਰ, ਭਾਈ ਪ੍ਰਸ਼ਾਂਤ ਸਿੰਘ, ਪੁੱਤਰ ਜਗਵਾਲ ਸਿੰਘ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਸਤਾਈਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਸਨੌਰ ਪਟਿਆਲਾ ਤੋਂ ਭਾਈ ਮਹਿੰਦਰ ਸਿੰਘ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਅਠਾਈਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਦਿੱਲੀ ਸ਼ਹਿਰ ਤੋਂ ਸਤੀਸ਼ ਕੁਮਾਰ ਦੇ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਉਣੱਤੀਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਗੁੱਭਾ ਰਾਏ ਤੋਂ ਭਾਈ ਅਮਰਜੀਤ ਸਿੰਘ, ਪੁੱਤਰ ਮੰਗਲ ਸਿੰਘ,
ਹੈ ਬੇਟੀ ਰਮਨ ਪ੍ਰੀਤ ਕੌਰ ਜੋ ਕਿ ਪੱਕੇ ਹੋਣ ਦੇ ਇੱਛੁਕ ਹੈ ਅਤੇ ਪਰਿਵਾਰ ਦੇ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਤੀਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਨਗਰ ਸ਼ਾਂਗਾ ਤੋਂ ਭਾਈ ਜਸਮੀਤ ਸਿੰਘ, ਪੁੱਤਰ ਗਿਆਨ ਸਿੰਘ, ਪੁੱਤਰ ਦਲੀਪ ਸਿੰਘ, ਨਿਊਜ਼ੀਲੈਂਡ ਪਰਿਵਾਰ ਵਾਸਤੇ ਵਾਸਿਆ ਜੋ ਨਵਾਂ ਕਾਰੋਬਾਰ ਸ਼ੁਰੂ ਕਰਨ ਵਾਸਤੇ ਅਰਦਾਸ ਬੇਨਤੀ ਕਰਦੇ ਹੋਏ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਤੀਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਮੂਸੇ ਵਾਲ ਤੋਂ ਸਵਰਗੀ ਅਵਤਾਰ ਸਿੰਘ, ਬੀਬੀ ਜਸਵਿੰਦਰ ਕੌਰ, ਬੇਟਾ ਸਿਮਰਨਜੀਤ ਸਿੰਘ, ਬੇਟੀ ਨਵਪ੍ਰੀਤ ਕੌਰ, ਬੱਚਿਆਂ ਦੇ ਬਾਹਰ ਜਾਣ ਦੀ ਖੁਸ਼ੀ ਵਿੱਚ ਅਤੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਤੀਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਉਧਮਪੁਰ ਫਤਿਹਗੜ੍ਹ ਸਾਹਿਬ ਤੋਂ ਜਸਪ੍ਰੀਤ ਕੌਰ, ਸਪੁੱਤਰੀ ਮਛਿੰਦਰ ਸਿੰਘ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਤੀਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਲਗਰੋਵਾਲ ਤੋਂ ਗੁਜਰਾਤ ਵਾਲਾ ਪਰਿਵਾਰ, ਭਾਈ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸਿਮੰਦਰ ਪਾਣੀ। ਤੀਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਲਖੀਰਪੁਰ ਖੇੜੀ ਯੂਪੀ ਤੋਂ ਭਾਈ ਪਵਿੰਦਰ ਸਿੰਘ, ਪੁੱਤਰ ਹਰਨਾਮ ਸਿੰਘ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਬਤਾਲੀਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਦਵਾਜੀ ਪੱਤੋਂ ਬੀਬੀ ਦਲਜੀਤ ਕੌਰ, ਸਪੁੱਤਰੀ ਭਾਈ ਬਲਕਾਰ ਸਿੰਘ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਤਰਤਾਲੀਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਮੀਰੋਵਾਲ ਤੋਂ ਬੀਬੀ ਗੁਰਪ੍ਰੀਤ ਕੌਰ, ਪਤਨੀ ਗੋਵਿੰਦਰ ਸਿੰਘ, ਮਨਜੀਤ ਸਿੰਘ ਸਿੰਘ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਚਤਾਲੀਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਬਰਾੜਾ ਤੋਂ ਭਾਈ ਪ੍ਰਦੀਪ ਸਿੰਘ, ਪੁੱਤਰ ਬਲਵੀਰ ਸਿੰਘ ਜੀ ਰੰਧਾਵਾ ਪਰਿਵਾਰ ਵੱਲੋਂ ਬੱਚੇ ਦੇ ਦੇਸ਼ ਵਿਜਾ ਨਗਰ ਦੀ ਖੁਸ਼ੀ ਵਿੱਚ ਅਤੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਮੰਤਾਲੀਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਲੰਗੋਵਾਲ ਗੁਜਰਾਤ ਵਾਲਾ ਪਰਿਵਾਰ, ਭਾਈ ਗੁਰਨਾਮ ਸਿੰਘ, ਪੁੱਤਰ ਚਰਨ ਸਿੰਘ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਛਿਆਲੀਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਲੱਭ ਬਜ਼ਾਰ ਤੋਂ ਹਰਪ੍ਰੀਤ ਕੌਰ, ਗੁਰਪ੍ਰੀਤ ਸਿੰਘ ਯੂ ਐੱਸ ਏ, ਪੁੱਤਰ ਜਸ਼ਵੀਰ ਸਿੰਘ ਜੀ ਨੰਬਰਦਾਰ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਸੰਤਾਲੀਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਸਾਨੀ ਵਾਰਕ ਖੁਸ਼ੇਦਰ ਤੋਂ ਰਾਮਦੀਪ ਸਿੰਘ ਜੀ ਯੂ ਐੱਸ ਏ, ਪੁੱਤਰ ਹਰਦੇਵ ਸਿੰਘ ਜੀ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਅਠਤਾਲੀਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਸਾਨੀ ਵਾਰਕ ਖੁਸ਼ੇਦਰ ਤੋਂ ਰਮਨਦੀਪ ਕੌਰ ਕਲੇਡਾ, ਸਪੁੱਤਰੀ ਹਰਦੇਵ ਸਿੰਘ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਪੰਜਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਬਹਾਦਰ ਕੇ ਲੁਧਿਆਣਾ ਤੋਂ ਭਾਈ ਸਰਵ ਸਿੰਘ ਜੀ ਖਹਿਰਾ, ਜਿਨ੍ਹਾਂ ਦੇ ਪੁੱਤਰੇ ਬਲਜੀਤ ਸਿੰਘ, ਗੁਰਕੀਰਤ ਸਿੰਘ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਪੰਜਾਬੀ ਸ਼੍ਰੀ ਅਖੰਡ ਪਾਠ ਦੀ ਸੇਵਾ ਉੱਚਾ ਪਿੰਡ ਸੰਘੋਲ ਤੋਂ ਜਗਪ੍ਰੀਤ ਸਿੰਘ ਕਰੇਡਾ, ਪੁੱਤਰ ਅਮਨਪ੍ਰੀਤ ਸਿੰਘ, ਪੁੱਤਰ ਦੀਦਾਰ ਵਾਸਤੇ ਅਰਦਾਸ ਬੇਨਤੀ ਕਰਦੇ ਹੋਏ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਅਠਵੰਜਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਤਰਨ ਸ਼ਹਿਰ ਤੋਂ ਬੀਬੀ ਹਰਜਿੰਦਰ ਕੌਰ, ਪਤਨੀ ਸੁਨੀਤ ਸਿੰਘ ਜੀ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਦੋਵਜਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਚੰਡੀਗੜ੍ਹ ਸ਼ਹਿਰ ਤੋਂ ਆਪ ਜੀ ਦੀ ਯਾਦ ਵਿੱਚ ਅਤੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਪਰਿਵਾਰ ਵੱਲੋਂ ਬਹੁਤ ਸੇਵਾ ਆਰੰਭ ਕੀਤੀ ਜਾ ਰਹੀ ਹੈ। ਦੋਵਜਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਚੁਰਸਤੀਗੜ੍ਹ ਪਟਿਆਲਾ ਤੋਂ ਭਾਈ ਬਸ਼ਵੀਰ ਸਿੰਘ, ਸਪੁੱਤਰ ਸੁੱਚਾ ਸਿੰਘ, ਬੇਟਾ ਅਰਸ਼ਦੀਪ ਸਿੰਘ ਦੇ ਵਧੇਰੇ ਜਾਣ ਵਾਸਤੇ ਅਰਦਾਸ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਚੰਦੇ ਸ਼੍ਰੀ ਅਖੰਡ ਪਾਠ ਦੀ ਸੇਵਾ
ਜਾਣ ਪਿੰਡ ਪੁੱਲਾ ਦੀ ਗੱਲ ਤੋਂ ਨੀਸ਼ਾ ਅਤੇ ਪਤਾ ਕਰਨੀ ਸਪੁੱਤਰੀ ਸੋਹਣ ਲਾਲ ਜੀ ਚੁੱਕੇ ਜਾਣ ਦੀ ਖੁਸ਼ੀ ਵਿੱਚ ਅਤੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਪਚਵੰਜੇ ਸ਼੍ਰੀ ਅਖੰਡ ਪਾਠ ਦੀ ਸੇਵਾ ਸ਼ੁਰੂਆਤੀ ਕਰਕੇ ਵਾਲਾ ਤੋਂ ਭਾਈ ਸੁਰਜੀਤ ਸਿੰਘ ਪੁੱਤਰ ਕੀਰਤਨ ਸਿੰਘ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਛਪੰਜੇ ਸ਼੍ਰੀ ਅਖੰਡ ਪਾਠ ਦੀ ਸੇਵਾ ਭਗਤਗੜ੍ਹ ਰੋਪੜ ਤੋਂ ਗੁਰਫਤਿਹ ਸਿੰਘ ਪੁੱਤਰ ਗੁਰਿੰਦਰ ਸਿੰਘ ਜੋ ਕਿਸੇ ਟਾਈਮ ਆਪ ਜੀ ਦੇ ਬਾਰਾਂ ਚਾਲਾਂ ਵਿੱਚ ਅਰਦਾਸ ਬੇਨਤੀ ਕੀਤੀ ਸੀ ਕਿ ਪਾਸਿਆ ਕਿ ਉਹ ਸੁਪਨਾ ਪੂਰੀ ਹੋਣ ਦੀ ਖੁਸ਼ੀ ਵਿੱਚ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਸਰਪੰਚ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਪੁਰਾਣਾ ਤੋਂ ਮੰਮੇ ਵਾਲਾ ਪਰਿਵਾਰ ਭਾਈ ਜਸਵਿੰਦਰ ਸਿੰਘ ਜੀ ਗਰੋੜਾ ਪੁੱਤਰ ਪ੍ਰੀਤਮ ਸਿੰਘ ਇਹਨਾਂ ਦਾ ਬੇਟਾ ਕੁਲਵੀਰ ਸਿੰਘ ਬੱਚੇ ਦੇ ਵਿਆਹ ਦੀ ਖੁਸ਼ੀ ਵਿੱਚ ਅਤੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਅਠਵੰਜੇ ਸ਼੍ਰੀ ਅਖੰਡ ਪਾਠ ਦੀ ਸੇਵਾ ਝਿੰਗੜਾ ਨਗਰ ਤੋਂ ਭਾਈ ਕਰਤਾਰ ਸਿੰਘ ਜੀ ਜੁੜਕੇ ਪੁੱਤਰ ਸ਼੍ਰੀ ਸਾਧੂ ਰਾਮ ਟੰਡਾ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਅਲੀ ਵੱਲੋਂ ਭਾਈ ਹਰਜਿੰਦਰ ਸਿੰਘ ਸਪੁੱਤਰ ਫਾਤਰ ਸਿੰਘ ਬੇਟੀ ਅਮਨਪ੍ਰੀਤ ਕੌਰ ਸੇ ਪਾਸਿਆ ਜੀ ਉਹ ਪਰਿਵਾਰ ਦੀ ਤੰਦਰੁਸਤੀ ਬੱਚਿਆਂ ਦੀ ਜਲਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹੋਏ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਸਤਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਡੇਰਾ ਨਗਰ ਪਰ ਜਲੰਧਰ ਤੋਂ ਬੇਟੀ ਤਜਿੰਦਰ ਕੌਰ ਸੁਪਤਰੀ ਸੁਰਿੰਦਰ ਸਿੰਘ ਜੀ ਸਿਆਣ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਅਕਾਦਮੇ ਸ਼੍ਰੀ ਅਖੰਡ ਪਾਠ ਦੀ ਸੇਵਾ ਝਿੰਗੜਾ ਨਗਰ ਤੋਂ ਭਾਈ ਵੀਰ ਸਿੰਘ ਜੀ ਬਿੱਟੀ ਪੁੱਤਰ ਬਾਬਾ ਸਿੰਘ ਜੀ ਨਵੀਆਂ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਬਾਟਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਸ਼ਾਹਪੁਰ ਸਰਨ ਸ਼ਹਿਰ ਤੋਂ ਭਾਈ ਜਗਤਾਰ ਸਿੰਘ ਅਵਤਾਰ ਸਿੰਘ ਪੁੱਤਰ ਬਾਬਾ ਹਰਪਾਲ ਸਿੰਘ ਜੀ ਸਮੂਹ ਸੰਗਤ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਸੰਗਤਾਂ ਦੇ ਭਲੇ ਵਾਸਤੇ ਅਰਦਾਸ ਬੇਨਤੀ ਕਰਦੇ ਹੋਏ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਪਿੰਡਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਖਾਨਦਾਨਾ ਤੋਂ ਮਿਸਤਰੀ ਹਰਮੇਸ਼ ਸਿੰਘ ਜੀ ਦਰਬਾਰ ਯੂ ਐੱਸ ਏ ਵਾਲੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਚੌਂਹਠਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਝਿੰਗੜਾ ਨਗਰ ਤੋਂ ਭਾਈ ਪਰਮਿੰਦਰ ਰਾਮਦਾਸ ਪੁੱਤਰ ਅਵਤਾਰ ਸਿੰਘ ਜੀ ਰਾਮ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਪਿੰਡਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਝਿੰਗੜਾ ਨਗਰ ਤੋਂ ਭਾਈ ਮਹੇਸ਼ ਸਿੰਘ ਜੀ ਯੂ ਐੱਸ ਏ ਪੁੱਤਰ ਸੰਤਰਾਮ ਪਰਿਵਾਰ ਸੇ ਪਾਸਿਆ ਜੋ ਕਾਕਾ ਅਜਿੰਦਰ ਸਿੰਘ ਦੇ ਵਿਦੇਸ਼ ਅਮਰੀਕਾ ਜਾਣ ਦੀ ਖੁਸ਼ੀ ਵਿੱਚ ਅਤੇ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਸ਼ਿਆਰਗੜ੍ਹ ਸ਼੍ਰੀ ਅਖੰਡ ਪਾਠ ਦੀ ਸੇਵਾ ਝਿੰਗੜਾ ਨਗਰ ਤੋਂ ਸੇ ਪਾਸਿਆ ਜੋ ਰਮਨਦੀਪ ਕੌਰ ਸਪੁੱਤਰੀ ਪ੍ਰਵੀਰ ਸਿੰਘ ਪੁੱਤਰ ਜਸਪਾਲ ਸਿੰਘ ਜੀ ਵੱਲੋਂ ਬੇਟਾ ਗੁਰਸ਼ਾਨ ਸਿੰਘ ਜਸ਼ਨਪ੍ਰੀਤ ਸਿੰਘ ਬੱਚਿਆਂ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਸਰਦਾਰਗੜ੍ਹ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਪਰਿਵਾਰ ਤੋਂ ਰਾਜਵੀਰ ਕੌਰ ਪਤੀ ਰਜਿੰਦਰ ਸਿੰਘ ਜੀ ਜੁੱਕੇ ਕਾਕਾ ਅਨੰਦ ਸਿੰਘ ਮਨਰਾਜ ਸਿੰਘ ਜੀ ਸੰਘੇੜਾ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਅਠਾਰਗੜ੍ਹ ਸ਼੍ਰੀ ਅਖੰਡ ਪਾਠ ਦੀ ਸੇਵਾ ਜਲੰਧਰ ਸ਼ਹਿਰ ਤੋਂ ਸੁਖਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਇਸ਼ਦੀਪ ਕੌਰ ਕਾਰੋਬਾਰੀ ਤਰੱਕੀ ਵਾਸਤੇ ਬੱਚਿਆਂ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਉਨਹੱਤਰਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਚੱਕ ਕਲਾਂ ਤੋਂ ਜੈ ਸਿੰਘਾ ਕੌਰ ਸੁਪਤਰੀ ਕਮਲਜੀਤ ਸਿੰਘ ਪੁੱਤਰ ਰਣਵੀਰ ਸਿੰਘ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਸੱਤਰਵੇਂ ਸ਼੍ਰੀ ਅਖੰਡ ਪਾਠ ਦੀ ਸੇਵਾ ਪਿੰਡ ਲਗੜੋਆ ਤੋਂ ਜਰਾਤ ਵਾਲਾ ਪਰਿਵਾਰ ਭਾਈ ਜੋਗਾ ਸਿੰਘ ਪੁੱਤਰ ਦਰਸ਼ਨ ਸਿੰਘ ਪੁੱਤਰ ਅਨਮੋਲ ਰਤਨ ਦੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਦੀ
ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। 72ਵੇਂ ਸ੍ਰੀ ਅਖੰਡ ਪਾਠ ਦੀ ਸੇਵਾ ਚੰਡੀਗੜ੍ਹ ਸ਼ਹਿਰ ਤੋਂ ਅਮਰਜੀਤ ਸਿੰਘ ਪੁੱਤਰ ਜਸਵੀਰ ਸਿੰਘ ਦੇ ਪਰਿਵਾਰ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। 72ਵੇਂ ਸ੍ਰੀ ਅਖੰਡ ਪਾਠ ਦੀ ਸੇਵਾ ਪਿੰਡ ਤਾਰੀ ਹੁਸ਼ਿਆਰਪੁਰ ਤੋਂ ਬੀਬੀ ਰੇਸ਼ੁਕਾ, ਪਤਨੀ ਇੰਦਰਜੀਤ ਸਿੰਘ, ਬੇਟਾ ਰਣਜੀਤ ਸਿੰਘ ਪਰਿਵਾਰ ਦੀ ਤੰਦਰੁਸਤੀ ਵਾਸਤੇ ਆਪ ਜੀ ਦਾ ਸ਼ੁਕਰਾਨਾ ਕਰਨ ਲੱਗੇ ਹਨ। ਕਿਰਪਾ ਕਰਨੀ, ਮਿਹਰ ਕਰਨੀ, ਸਿਹਤ ਪਰਿਵਾਰਾਂ ਦੀਆਂ ਸ਼ੁਭ ਮਨੋਕਾਮਨਾ ਪੂਰੀਆਂ ਕਰਨੀਆਂ, ਦੇਸ਼ਾਂ ਪ੍ਰਦੇਸ਼ਾਂ ਦੀ ਰੱਖਿਆ ਕਰਨੀ, ਬੱਚਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ਣੀਆਂ, ਤੰਦਰੁਸਤੀਆਂ ਬਖਸ਼ਣੀਆਂ, ਕਾਰੋਬਾਰ ਦੀ ਤਰੱਕੀਆਂ ਬਖਸ਼ਣੀਆਂ, ਸੁੰਦਰਤਾ ਪਿਆਰਾ ਹੋਏ ਰੱਖਣਾ ਸੀ ਪਾਸਿਆ ਵੀ ਨਗਰ ਫਿਰ ਸੁਰਮਤਾਵੀ ਸਰਬੰਧ ਦਾ ਭਲਾ ਕਰਨਾ, ਆਪਣੇ ਮੇਰੇ ਦੀ ਚੜ੍ਹਦੀ ਕਲਾ ਬਖਸ਼ਣੀ, ਸੇਵਾ ਕਰਨ ਦੇ ਸਿਰਤੇ ਮੇਰਾ ਪ੍ਰਾਰਥਨਾ ਸੀ ਪਾਸਿਆ ਜੀ ਆਈ ਸਕਦੇ ਮਾਂ ਜੀ ਸੋਚਾ ਸੋਚਣਾ ਹੋਵੇ ਸੋਚੀ ਲਖਵਾ